दैनिक सवेरा टीवी देख रहे सारे दर्शकों का बहुत बहुत स्वागत। मैं हाँ सुरुचि। खिदराने की ढाब से मौजूद हाँ। खैर खिदराने की ढाब नज़र तो नहीं आती, पर किसी वेले इस ढाब से बने इतिहास दियाँ कुछ निशानियाँ जरूर मिलदियाँ ने, क्योंकि अज तो बहुत विकास हो चुका है तो पूरे शहर के वसो भी काफ़ी है। पर आख्या जाता है कि उस वेले ये ढाब बहुत वड्डी ते काफ़ी दूर तक फैली हुई सी। फिलहाल इस वेले जिस स्थान पर असं मौजूद हाँ उस शहर का अज भी सब तो उच्चा थां आख्या जाता है। मैं गल कर रही हाँ उच्ची टिब्बी की, उस उच्ची टिब्बी की जिस स्थान पर किसी वेले दसम पिता विराजे अते इस स्थान पर ही रुक के मुगलों की फौज के सिर पन्ने सन। ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਜਦੋਂ ਕੋਟ ਕਪੂਰੇ ਪਹੁੰਚਦੇ ਨੇ ਤਾਂ ਕੋਟ ਕਪੂਰੇ ਦੇ ਚੌਧਰੀ ਕਪੂਰ ਜਦੋਂ ਮੁਗਲਾਂ ਦੇ ਡਰ ਤੋਂ ਗੁਰੂ ਸਾਹਿਬ ਨੂੰ ਆਪਣਾ ਕਿਲਾ ਦੇਣ ਤੋਂ ਇਨਕਾਰ ਕਰ ਦਿੰਦਾ ਤਾਂ ਗੁਰੂ ਸਾਹਿਬ ਖਿਦਰਾਣੇ ਦੀ ਢਾਬ 'ਤੇ ਪਹੁੰਚਦੇ ਨੇ ਅਤੇ ਉਸ ਥਾਂ ਇੱਕ ਉੱਚੀ ਟਿੱਬੀ ਵੇਖ ਕੇ ਟਿਕਾਣਾ ਬਣਾਉਂਦੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿਸ ਅਸਥਾਨ 'ਤੇ ਮੌਜੂਦ ਰਹਿ ਕੇ ਗੁਰੂ ਸਾਹਿਬ ਇੱਕ ਉੱਚੀ ਟਿੱਬੀ 'ਤੇ ਬਿਰਾਜੇ ਸਨ, ਉਹ ਅੱਜ ਵੀ ਅਸਥਾਨ ਜਿਹੜਾ ਉਹ ਥਾਂ ਜਿਹੜਾ ਉਹ ਸ਼ਹਿਰ ਤੋਂ ਅੱਜ ਵੀ ਕੁਝ ਉੱਚਾ ਹੈ। ਅਤੇ ਗੁਰੂ ਸਾਹਿਬ ਆਖਦੇ ਨੇ ਕਿ ਜਦੋਂ ਇਸ ਉੱਚੀ ਟਿੱਬੀ 'ਤੇ ਬਿਰਾਜੇ ਤੋਂ ਦੂਰ ਤੱਕ ਢਾਬ 'ਤੇ ਮੌਜੂਦ ਮੁਗਲਾਂ ਦੀ ਫੌਜ ਨੂੰ ਇਸ ਥਾਂ ਤੋਂ ਵੇਖਦੇ ਨੇ ਅਤੇ ਤੀਰਾਂ ਦਾ ਮੀਂਹ ਵਰਸਾ ਕੇ ਉਹਨਾਂ ਦੇ ਦੰਦ ਖੱਟੇ ਕਰਦੇ ਨੇ। ਆਓ ਚੱਲਦੇ ਹਾਂ ਅਤੇ ਉਸ ਉੱਚੀ ਟਿੱਬੀ 'ਤੇ ਅੱਜ ਸੁਸ਼ੋਭਿਤ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਜਦੋਂ ਇਸ ਖਿਦਰਾਣੇ ਦੇ ਢਾਬ 'ਤੇ ਪਹੁੰਚੇ ਤਾਂ ਭਾਈ ਦਾਨ ਸਿੰਘ ਬਰਾੜ ਦੇ ਕਹਿਣ ਦੇ ਗੁਰੂ ਸਾਹਿਬ ਨੇ ਟਿੱਬੀ ਸਾਹਿਬ ਦੇ ਉੱਤੇ ਲੈ ਕੇ ਗਏ ਉਹ ਜਗ੍ਹਾ 'ਤੇ, ਕਿਲ੍ਹੇ ਦਾ ਮਤਲਬ ਉਹਨਾਂ ਨੇ ਊਠ ਦਾ ਆਸਰੇ ਵਾਂਗ ਟਿੱਬੀ ਸਾਹਿਬ ਦੇ ਉੱਚੇ ਜਗ੍ਹਾ 'ਤੇ ਬੈਠੇ ਵੀ ਜੰਗ ਦਾ ਇੱਥੋਂ ਲੜਨੀ ਸੌਖੀ ਹੋ ਜਾਵੇਗੀ। ਪਾਣੀ ਦੇ ਉੱਪਰ ਆਪਣਾ ਕਬਜ਼ਾ ਕੀਤਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਜੰਗ ਹੋਈ 21 ਵਿਸਾਖ 4 ਮਈ ਨੂੰ ਬਹੁਤ ਗਰਮੀ ਦਾ ਕਹਿਰ ਦਾ ਗਰਮੀ ਸੀਗੀ ਅਤੇ ਮੁਗਲ ਫੌਜਾਂ ਨੂੰ ਵੀ ਪਾਣੀ ਦੀ ਲੋੜ ਸੀ, ਪਾਣੀ 'ਤੇ ਆ ਕੇ ਜੰਗ ਲੜਿਆ ਜਾਂਦਾ ਸੀਗਾ, ਪਾਣੀ ਦੀ ਬਹੁਤ ਬੇਹੱਦ ਲੋੜ ਹੁੰਦੀ ਸੀ। ਸਿੰਘਾਂ ਨੇ ਆਪਣਾ ਜੰਗੀ ਤਕਰੀਬ ਅਪਣਾਉਂਦੇ ਹੋਏ ਪਾਣੀ ਦੇ ਉੱਪਰ ਆ ਕੇ ਆਪਣਾ ਕਬਜ਼ਾ ਕੀਤਾ। ਬਹੁਤ ਗਿਣਤੀ ਹੋਣ ਦਾ ਭੁਲੇਖਾ ਦੇਣ ਵਾਸਤੇ ਦੁਸ਼ਮਣ ਫੌਜਾਂ ਨੂੰ ਉਹਨਾਂ ਨੇ ਜੋ ਝਾੜੀਆਂ ਕਰੀਰ ਸਨ ਉਹਨਾਂ ਦੇ ਉੱਤੇ ਆਪਣੇ ਕਸ਼ਹਿਰੇ ਪਰਨੇ ਹੋਰ ਵਸਤਰ ਪਾ ਕੇ ਇਹ ਜਗ੍ਹਾ 'ਤੇ ਆ ਕੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਰੋਕਿਆ। ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਜੰਗ ਲੜਦੇ ਪਏ ਸਿੰਘ 40 ਮੁਕਤੇ ਜੋ ਇੱਥੇ ਆਏ ਬਦਾਵੀ ਵਾਲੇ ਸਿੰਘ, ਉਹਨਾਂ ਨੇ ਆ ਕੇ ਇੱਥੇ ਮੁਗਲ ਫੌਜਾਂ ਨਾਲ ਫੈਸਲਾ ਕਰਨ ਜੰਗ ਲੜਿਆ। ਜਦੋਂ ਵਜ਼ੀਰ ਖਾਨ ਨੂੰ ਕਪੂਰੇ ਨੇ ਦੱਸਿਆ ਕਿ ਪਾਣੀ ਅੱਗੇ ਪਿੱਛੇ ਆਪਾਂ ਨੂੰ ਹੋਰ ਕਿਤੇ ਨਹੀਂ ਮਿਲਣਾ, ਫੌਜਾਂ ਦਾ ਨੁਕਸਾਨ ਬਹੁਤ ਹੋ ਰਿਹਾ, ਸਿੰਘ ਬਹੁਤ ਗਿਣਤੀ ਵਿੱਚ ਹੈ, ਅਤੇ ਕਪੂਰੇ ਨੇ ਵੀ ਗੁਰੂ ਪਿਆਰੇ ਵਜ਼ੀਰ ਖਾਨ ਨੂੰ ਕਹਿ ਕੇ ਫੌਜਾਂ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਔਰ ਇੱਦਾਂ ਹੀ ਹੋਇਆ। ਚਾਲੀ ਮੁਕਤਿਆਂ ਅਤੇ ਗੁਰੂ ਸਾਹਿਬ ਦੇ ਨਾਲ ਜੁੜੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਬਣੇ ਰਹਿਣਾ ਦੈਨਿਕ ਸਵੇਰਾ ਟੀਵੀ 'ਤੇ। ਕੈਮਰਾਮੈਨ ਸੁਖਵਿੰਦਰ ਸਿੰਘ ਦੇ ਨਾਲ ਸੁਰੁਚੀ, ਸ਼੍ਰੀ ਮੁਕਤਸਰ ਸਾਹਿਬ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ
ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।